पुलिस ने मेरे हस्बैंड नू चक्या, हरप्रीत सिंह नाम आ उन्हां दा, 3-4 दिन हो गए उन्हां नू चक्या, घरों लै के गए आ। हुण उह कुछ नहीं दसदे वी कित्थे आ कित्थे नहीं आ। मिर्जे ते कोई 6-7 महीने पहलां कोई कतल होया सीगा गुरलाल पहलवान दा, उहदे विच पहलां मेरे बच्चे ने चक लिया। धमकियां दिंदा मैं सुसाइड कर लूंगा, IGDIG उत्ते दी उत्ते पेश हुंदा। पर अज तक उन्हें कुछ नहीं किया, पर असीं दोवां नूं सस ने असीं सुसाइड कर लेना, असीं दोवां ने नहीं बचना, ना साडी पोती आए मेरी छोटी तो छोटी हैगी, रोज़ मैं पुछदी मेरा पापा की ते मैं की जवाब देव। ਅਸੀਂ ਤਾਂ ਆਪਦੇ ਬੱਚੇ ਨੂੰ ਲੁਕੋ ਲੁਕੋ ਰੱਖਦੇ ਹਾਂ, ਕੋਈ ਇਹਨੂੰ ਕੁਝ ਕਰ ਨਾ ਦੇ, ਗਲਤ ਦੱਸਣੀ ਉਹਨਾਂ ਦੇ ਢਿੱਡ 'ਚ ਪਤਾ ਨਹੀਂ ਕਿਹੜੇ ਵਾੜੀ ਹੈ। पर जे ना गुरलाल भलवान के प्यो ने तो सुसाइड नहीं किया, पर जे साडे मतलब कि मेरे हसबैंड कुछ भी परचा हुंदा नजायज़ परचा तो असी इत्थे ही सुसाइड करांगे। पुलिस ने मेरे हसबैंड चक्या, हरप्रीत सिंह नाम आ उन्हां दा, 3-4 दिन हो गए उन्हां नू चक्या, घरों लैके गए आ। हुण उह कुछ नहीं दसदे वी कित्थे आ कित्थे नहीं आ। सारे मतलब कि ये सारी कार्रवाई गुरलाल भलवान का जिहड़ा प्यो आ उही करदा, उहदे करके हुंदी आ, धमकियां दिंदा मैं सुसाइड कर लूँगा, IGDIG उत्ते दी उत्ते पेश हुंदा। साडा कुछ नहीं, हले तक कुछ नहीं होया। जिहड़ा असली मतलब कि जिन्हां ने शूटर आ उह फड़े होए आ, उहनां नूं लियांदा भी गया, सानूं पता लग्गिया कि उहनां नूं सामने भी कीता गया, पर उहनां ने नहीं पहचानिया मेरे हसबैंड नूं। अज असी SSP साहब की कोठी गए, पहला इतने दफ्तर आए से, इतने भी नहीं मिले, कोठी गए उत्थे भी नहीं मिले। उन्होंने हुण इतने बालकृष्ण जी को भेजता, उत्थे फिर असी कमिश्नर ऑफिस गए, उत्थे भी नहीं मिले। हुण कोठियां आए, हुण ये भी कहिंदे थाने जाओ, ये कहिंदे, कोई कार्रवाई नहीं हो रही। पर जे ना गुरलाल भलवान के प्यो ने तो सुसाइड नहीं किया, पर जे साडे मतलब कि मेरे हसबैंड कुछ भी परचा हुंदा नजायज़ परचा तो असी इत्थे ही सुसाइड करांगे। ਮੇਰਾ ਨਾਂ ਸੁਖਜੀਤ ਕੌਰ। ਮਿਰਜੇ 'ਤੇ ਕੋਈ 6-7 ਮਹੀਨੇ ਪਹਿਲਾਂ ਕੋਈ ਕਤਲ ਹੋਇਆ ਸੀਗਾ ਗੁਰਲਾਲ ਭਲਵਾਨ ਦਾ, ਉਹਦੇ ਵਿੱਚ ਪਹਿਲਾਂ ਮੇਰੇ ਬੱਚੇ ਨੂੰ ਚੱਕ ਲਿਆ, 4-5 ਦਿਨ ਉਹਨਾਂ ਨੇ ਰੱਖਿਆ ਕਿ 3 ਦਿਨ ਰੱਖਿਆ ਪਤਾ ਨਹੀਂ, ਉਹ ਤੋਂ ਕੋਈ ਉਹਨਾਂ ਨੂੰ ਕੁਛ ਨਹੀਂ ਮਿਲਿਆ, ਉਸ ਤੋਂ ਵਾਧੂ ਉਹਨਾਂ ਨੇ ਸਭ ਕੁਛ ਕੀਤਾ। ਹੁਣ ਉਹਨਾਂ ਨੇ ਫਿਰ 30 ਤਰੀਕ ਨੂੰ ਫਿਰ 8:30 ਵਜੇ ਰਾਤ ਨੂੰ ਚੱਕ ਲਿਆ, ਅਤੇ ਹੁਣ ਸਾਨੂੰ ਪਤਾ ਹੀ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ ਹੈ। ਹੁਣ ਉਹ ਪਰਚਾ ਪਾਉਣ ਨੂੰ ਫਿਰ ਦੇ ਝੂਟਾ, ਉਹ ਗੁਰਲਾਲ ਭਲਵਾਨ ਦਾ ਜਿਹੜਾ ਪਿਓ ਆ ਉਹ ਕਹਿੰਦਾ ਮੈਂ ਮਰ ਜੂੰਗਾ, 7 ਮਹੀਨਿਆਂ ਤੋਂ ਡਰਾਵੇ ਦੇਈ ਜਾਂਦਾ ਪੁਲਿਸ ਨੂੰ ਵੀ ਮੈਂ ਮਰ ਜੂੰਗਾ ਮੈਂ ਮਰ ਜੂੰਗਾ। ਪਰ ਅੱਜ ਤੱਕ ਉਹਨੇ ਕੁਛ ਨਹੀਂ ਕੀਤਾ, ਪਰ ਅਸੀਂ ਦੋਵਾਂ ਨੂੰ ਸੱਸ ਨੇ ਅਸੀਂ ਸੁਸਾਈਡ ਕਰ ਲੈਣਾ, ਅਸੀਂ ਦੋਵਾਂ ਨੇ ਨਹੀਂ ਬਚਣਾ, ਨਾ ਸਾਡੀ ਪੋਤੀ ਆਏ ਮੇਰੀ ਛੋਟੀ ਤੋਂ ਛੋਟੀ ਹੈਗੀ, ਰੋਜ਼ ਮੈਨੂੰ ਪੁੱਛਦੀ ਮੇਰਾ ਪਾਪਾ ਕੀ ਪਾਪਾ ਕਿਤੇ ਮੈਂ ਕੀ ਜਵਾਬ ਦੇਵਾਂ। ਅਸੀਂ ਤਾਂ ਕਿਸੇ ਨੂੰ ਨਹੀਂ ਮਿਲੇ ਵੀਰ ਜੀ, ਅਸੀਂ ਇੱਥੇ ਜੇ ਉੱਥੇ ਕਿਸੇ ਦੀ ਕੋਠੀ ਗਿਆ ਸਾਨੂੰ ਆਉਂਦੇ ਉੱਥੇ ਜਾ ਵੜੋ ਅਫਸਰ ਦੀ ਕੋਠੀ, ਉਹਦੇ ਜਾ ਵੜਦੇ ਮੁੜ ਕੇ ਦੂਜੇ ਦੇ ਕਿਤੇ ਮਿਲਦਾ ਸਾਨੂੰ ਕੋਈ ਨਹੀਂ ਗਾ। ਉਹ ਆਖਦੇ ਗਾਂਹ ਜਾ ਵੜੋ ਤੁਸੀਂ, ਕਦੇ ਆਉਂਦੇ ਥਾਣੇ ਜਾ ਵੜੋ, ਕਦੇ ਆਖਦੇ ਤੁਸੀਂ ਇੱਧਰ ਕ੍ਰਿਸ਼ਨ ਵੀ ਆ ਕਿਹੜੀ ਕੋਠੀ ਇੱਥੇ ਨਾਲ ਹੋਣ, ਸਾਨੂੰ ਕੋਈ ਰਾਹ ਨਹੀਂ, ਸਾਡਾ ਬੱਚਾ ਛੱਡਿਆ ਜਾਵੇ, ਸਾਡਾ ਬੱਚਾ ਬੇਕਸੂਰ ਆ, ਉਹ ਤਾਂ ਕੁੱਤੇ 'ਤੇ ਸੋਟੀ ਨਹੀਂ ਮਾਰਦਾ, ਉਹ ਬੰਦਾ ਕਿੱਥੋਂ ਮਾਰ ਦੇਊਗਾ। ਪਰ ਇੱਕ ਵੀਰਦਾਰੀ ਹੋਈ ਇਸੇ ਟੈਨਸ਼ਨ ਦੇ ਵਿੱਚ, ਉਹਦਾ ਪਾਪਾ 3 ਮਹੀਨੇ ਹੋ ਗਏ, ਉਹਨੂੰ ਹਾਰਟ ਅਟੈਕ ਆ ਗਿਆ। ਅਖੰਡੀ ਮਾਲਵੀ ਬਾਬਿਆਂ ਦੇ ਚੱਕਰਾਂ ਵਿੱਚ ਆ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਨਾ ਗਵਾਓ, ਇੱਕ ਗੱਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ। ਕਾਲੇ ਇਲਮ ਦੇ ਮਾਹਿਰ ਪੰਡਿਤ ਵਿਕਰਾਂਤ ਵਰਮਾ, ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ, ਲਵ ਮੈਰਿਜ, ਵਿਆਹ ਚ ਰੁਕਾਵਟ, PR ਸਮੱਸਿਆ, ਲਾਟਰੀ ਨੰਬਰ, ਪ੍ਰੇਮ ਵਿਵਾਹ, ਸੌਤਨ ਤੋਂ ਛੁਟਕਾਰਾ, ਵਪਾਰ, ਗ੍ਰਹਿ ਕਲੇਸ਼, ਦੁਸ਼ਮਣ ਤੋਂ ਛੁਟਕਾਰਾ, ਵਿਆਹ ਚ ਰੁਕਾਵਟ, ਵਿਦੇਸ਼ ਜਾਣ ਚ ਰੁਕਾਵਟ, ਪਤੀ ਪਤਨੀ ਚ ਅਨਬਨ, ਮਨਚਾਹਾ ਪਿਆਰ, ਕਾਰੋਬਾਰ ਦਾ ਨਾ ਚੱਲਣਾ, ਜਾਦੂ ਟੂਣਾ, ਲਵ ਮੈਰਿਜ, ਬਿਮਾਰੀ ਚ ਦਵਾ ਦਾ ਨਾ ਲੱਗਣਾ, ਆਪਣੀ ਹਰ ਸਮੱਸਿਆ ਦਾ ਸਹੀ ਸਮਾਧਾਨ, ਇੱਕ
घंटे च पाउन लई संपर्क करो पंडित विक्रांत वर्मा जी नु।